ਪਟਿਆਲਾ ਦੀ ਮੋਤੀ ਬਾਗ ਭੀੜ ਜਿਸ ਨੂੰ ਡੀਅਰ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਡਕਾਲਾ ਰੋਡ ਉੱਤੇ ਸਥਿਤ ਇਸ ਡੀਅਰ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਪੰਛੀਆਂ ਅਤੇ ਜਾਨਵਰਾਂ ਨੂੰ ਵੇਖਣ ਲਈ ਆਉਂਦੇ ਨੇ। ਇਸ ਪਾਰਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਚਿੜੀਆ ਘਰ ਦੇ ਨਾਲ ਨਾਲ ਇੱਥੇ ਸੈਰ ਕਰਨ ਲਈ ਵੀ ਪਾਰਕ ਬਣਿਆ ਹੋਇਆ ਹੈ। ਇਸ ਪਾਰਕ ਦੇ ਰੱਖ ਰਖਾਅ ਲਈ ਸਰਕਾਰ ਵੱਲੋਂ ਜਿੱਥੇ ਪੈਸੇ ਖਰਚ ਜਾ ਰਹੇ ਨੇ ਉੱਥੇ ਹੀ ਪੰਛੀਆਂ ਅਤੇ ਜਾਨਵਰਾਂ ਦੀ ਘਾਟ ਹੋਣ ਕਾਰਨ ਜ਼ਿਆਦਾਤਰ ਜੰਗਲ ਖਾਲੀ ਹੀ ਪਿਆ, ਜਿਸ ਕਾਰਨ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਘਾਟ ਆ ਰਹੀ ਹੈ। ਇੱਥੇ ਆ ਰਹੇ ਲੋਕਾਂ ਵੱਲੋਂ ਵੀ ਜਾਨਵਰਾਂ ਦੀ ਗਿਣਤੀ ਵਿੱਚ ਘਾਟ ਉੱਤੇ ਆਪਣੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦਿੰਦਾ ਹੈ ਜਾਂ ਨਹੀਂ। ਐਸਾ ਕੁਛ ਨਹੀਂ ਜੀ, ਪਾਣੀ ਦਾ ਪੂਰਾ ਪ੍ਰਬੰਧ ਹੈਗਾ ਜੀ, ਆਲ ਦੀ ਇਨਫਰਾਸਟਰਕਚਰ ਇਜ਼ ਇਨ ਪਲੇਸ, ਔਰ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਹੈਗੀ ਵੀ ਤਾਂ ਮੈਂ ਚੈੱਕ ਕਰਵਾ ਲੂੰਗਾ, ਬਟ